ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ, ਗੁਰੂ ਸਵਾਰੀ, ਸਨਮਾਨਯੋਗ ਸਾਧ ਸੰਗਤ ਜੀਓ, ਅੱਜ ਦਾਸ ਸੰਤ ਬਾਬਾ ਹਰਨਾਮ ਸਿੰਘ ਜੀ, ਪਿੰਡ ਜੈਣ, ਜ਼ਿਲ੍ਹਾ ਹੁਸ਼ਿਆਰਪੁਰ। ਉਹਨਾਂ ਦੇ ਜੀਵਨ ਦਰਸ਼ਨ ਦੇ ਉੱਤੇ, ਉੱਥੋਂ ਦੇ ਮਹਾਂਪੁਰਖਾਂ ਦੇ ਜੋ ਵਿਚਾਰ ਹੈਗੇ ਆ, ਆਪ ਸਾਰੀਆਂ ਸੰਗਤਾਂ ਦੇ ਨਾਲ ਸਾਂਝੇ ਕਰ ਰਿਹਾ ਹੈਗਾ। ਉਹ ਥੋੜ੍ਹਾ ਜਿਹਾ ਆਪਾਂ ਨਾ ਅਗਰ ਪੰਜਾਬ ਦੀ ਧਰਤੀ 'ਤੇ ਨਜ਼ਰ ਮਾਰੀਏ, ਇਸ ਰੂਹਾਨੀਅਤ ਮੰਡਲਾਂ ਦੇ ਵਿੱਚੋਂ, ਇਸ ਧਰਤੀ ਦੇ ਉੱਤੇ ਜੋ ਰੂਹਾਨੀਅਤ ਮੰਡਲ ਹੈ, ਉਹ ਕੇਵਲ ਅਤੇ ਕੇਵਲ ਪੰਜਾਬ ਦੀ ਧਰਤੀ ਦੇ ਉੱਤੇ ਹੈਗਾ। ਕਿਉਂ? ਕਿਉਂਕਿ ਮਹਾਂਪੁਰਖਾਂ ਦੇ ਜਿਹੜੇ ਹੈ ਨਾ, ਇਹ ਅਭਿਆਸ ਦੱਸਦੇ ਆ ਕਿ ਜਿਹੜਾ ਨਾਮ ਸਿਮਰਨ ਦਾ ਅਭਿਆਸ ਪੰਜਾਬ ਦੀ ਧਰਤੀ ਦੇ ਉੱਤੇ ਫੁੱਲਦਾ ਹੈਗਾ, ਫੁੱਲਦਾ ਹੈਗਾ, ਉਹ ਕਿਸੇ ਦੂਸਰੀ ਜਗ੍ਹਾ ਦੇ ਉੱਤੇ ਨਹੀਂ ਫੁੱਲਦਾ। ਕਿਉਂਕਿ ਇਹ ਜਿਹੜੀ ਧਰਤੀ ਆ, ਇਹ ਆਦਿ ਜਗਾਤ ਤੋਂ ਸੰਤਾਂ ਮਹਾਂਪੁਰਖਾਂ ਦੀ ਹੈਗੀ ਆ। ਵੱਡੇ ਵੱਡੇ ਰਿਸ਼ੀ ਜਿਹੜੇ ਇਸ ਧਰਤੀ 'ਤੇ ਤਪ ਕਰਦੇ ਰਹੇ, ਵੱਡੇ ਵੱਡੇ ਯੋਧੇ ਜਿਹੜੇ ਆ, ਸੂਰਬੀਰ ਮਹਾਂਬਲੀ ਇਸ ਧਰਤੀ 'ਤੇ ਆਏ ਆ, ਅਤੇ ਇਸ ਹੀ ਧਰਤੀ 'ਤੇ ਅਕਾਲ ਪੁਰਖ ਨੇ ਧੰਨ ਗੁਰੂ ਨਾਨਕ ਸਾਹਿਬ ਦੇ ਰੂਪ ਦੇ ਵਿੱਚ ਨੌ ਜਿਹੜੇ ਹਨ ਆਪਣੇ ਪ੍ਰਕਾਸ਼ ਲਏ ਆ, ਅਤੇ ਇਹ ਧਰਤੀ ਨੂੰ ਸੱਚਖੰਡ ਦਾ ਰੂਪ ਬਣਾਤਾ ਹੈਗਾ। ਅਤੇ ਇਸ ਹੀ ਧਰਤੀ ਨੂੰ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਸੱਚਖੰਡ ਤੋਂ ਆਪਣੇ ਸੁੱਚੇ ਮੋਤੀਆਂ ਦੀ ਜਿਹੜੀ ਮਾਲਾ ਸੀ, ਉਹਦੇ ਮਣ ਕੇ ਇਸ ਧਰਤੀ ਦੇ ਉੱਤੇ ਖਿਲਾਰੇ ਆ। ਇਹਨੇ ਸੁੱਚੇ ਮੋਤੀਆਂ ਦੀ ਮਾਲਾ ਦੇ ਮਣਕਿਆਂ ਦੇ ਵਿੱਚੋਂ ਇੱਕ ਮਣਕਾ ਜਿਹੜਾ ਹੈ ਨਾ, ਉਹ ਹੈ ਸੰਤ ਬਾਬਾ ਹਰਨਾਮ ਸਿੰਘ ਜੀ। ਸੋ ਆਓ, ਸੰਤ ਬਾਬਾ ਹਰਨਾਮ ਸਿੰਘ ਜਿਹੜੇ ਹੈ ਨਾ, ਜਿਵੇਂ ਗੁਰਬਾਣੀ ਦਾ ਗੁਰਵਾਕ ਹੈਗਾ ਕਿ ਜੋ ਹਰ ਦਾਸਨ ਕੀ ਉਸਤਤ ਹੈ ਸਾ ਹਰ ਕੀ ਵਡਿਆਈ, ਕਿ ਜਿਹੜੇ ਹੈ ਨਾ ਵਾਹਿਗੁਰੂ ਦੇ ਦਾਸ ਆ, ਪਿਆਰੇ ਆ, ਜਿਹੜੀ ਉਹਨਾਂ ਦੀ ਉਸਤਤ ਵਡਿਆਈ ਆ ਹੈ ਨਾ, ਉਹ ਕਹਿੰਦੇ ਪਰਮੇਸ਼ਰ ਦੀ ਵਡਿਆਈ ਮੰਨੀ ਜਾਂਦੀ ਹੈਗੀ ਆ। ਰੱਬ ਦੇ ਪਿਆਰਿਆਂ ਦੀ ਵਡਿਆਈ, ਰੱਬ ਦੀ ਵਡਿਆਈ ਮੰਨੀ ਜਾਂਦੀ ਹੈ। ਅਤੇ ਅੱਗੇ ਬਾਣੀ ਕਹਿੰਦੀ, ਹਰ ਆਪਣੀ ਵਡਿਆਈ ਭਾਵ ਦੀ ਜਨ ਕਾ ਜੈਕਾਰ ਕਰਾਈ। ਕਹਿੰਦੇ ਜਿਹੜੀ ਰੱਬ ਦੇ ਪਿਆਰਿਆਂ ਦੀ ਵਡਿਆਈ ਹੈ ਨਾ ਸੰਤਾਂ ਮਹਾਂਪੁਰਖਾਂ ਦੀ, ਇਹ ਰੱਬ ਨੂੰ ਚੰਗੀ ਲੱਗਦੀ ਆ, ਭਾਉਂਦੀ ਆ। ਅਤੇ ਜਿਹੜਾ ਵਾਹਿਗੁਰੂ ਹੈਗਾ, ਫਿਰ ਸੰਤਾਂ ਦੀ, ਮਹਾਂਪੁਰਖਾਂ ਦੀ ਇਸ ਧਰਤੀ ਦੇ ਉੱਤੇ ਜੈ ਜੈਕਾਰ ਕਰਾਉਂਦਾ ਹੈਗਾ, ਉਹਨਾਂ ਦੀ ਸੋਭਾ ਵਧਾਉਂਦਾ ਹੈਗਾ। ਸੋ ਸੰਤ ਬਾਬਾ ਹਰਨਾਮ ਸਿੰਘ ਜੀ ਜਿਹੜੇ ਹਨ, ਉਹ ਬਹੁਤ ਮਹਾਨ ਤਪਸਵੀ ਜਿਹੜੇ ਹਨ ਮਹਾਂਪੁਰਖ ਹੋਏ ਆ, ਸਾਂਝੀ ਬਾਲਤਾ ਦੇ ਸੁਨੇਹੀ ਹੋਏ ਆ। ਔਰ ਵੱਡੀ ਗੱਲ ਇਹ ਹੈ, ਬਾਣੀ ਅਤੇ ਬਾਣੀ ਦੇ ਪੂਰਨ ਧਾਰਨੀ ਜਿਹੜੇ ਸੀ ਮਹਾਂਪੁਰਖ ਹੋਇਆ ਸੰਤ ਬਾਬਾ ਹਰਨਾਮ ਸਿੰਘ ਜੀ। ਸੋ ਆਓ, ਇਹਨਾਂ ਦਾ ਜਿਹੜਾ ਅਸਥਾਨ ਹੈ ਨਾ ਸੰਤ ਬਾਬਾ ਹਰਨਾਮ ਸਿੰਘ ਉਹਨਾਂ ਦਾ, ਇਹ ਹੈਗਾ ਹੁਸ਼ਿਆਰਪੁਰ, ਜਿਹੜਾ ਨਾ ਪਿੰਡ ਮਹਿਲਪੁਰ ਹੈਗਾ, ਚੰਡੀਗੜ੍ਹ ਪਠਾਨਕੋਟ ਨੈਸ਼ਨਲ ਹਾਈਵੇ 'ਤੇ। ਉੱਥੇ ਹੈ ਨਾ 3 ਕਿਲੋਮੀਟਰ ਦੂਰ ਜਿਹੜਾ ਹੈ ਨਾ, ਜਿਹੜਾ ਨੰਗਲ ਖੁਰਦ ਹੈਗਾ, ਇਹ ਨੰਗਲ ਖੁਰਦ ਜਿਹੜਾ ਹੈ ਨਾ, ਇਹ ਪਿੰਡ ਜਿਹੜਾ ਸੀਗਾ ਨਾ, ਕਿਸੇ ਟਾਈਮ ਜਿਹੜਾ ਇੱਕ ਮਹੇਸ਼ਾ ਯੋਗੀ ਹੋਇਆ, ਜਿਹਨੇ ਸ਼ਿਵ ਜੀ ਨੂੰ ਪ੍ਰਸੰਨ ਕਰਕੇ ਜਿਹੜਾ ਹੈ ਨਾ, ਉਹ ਵਰ ਮੰਗ ਲਿਆ ਸੀਗਾ ਕਿ ਉਹਦੇ ਦਰਸ਼ਨਾਂ ਦਾ ਜਿਹੜਾ ਫਾਲਵਾ ਹੈ ਨਾ, ਜੋ ਵੀ ਪ੍ਰਾਣੀ ਕਰੇਗਾ ਉਹਨੂੰ 1 ਸਾਲ ਲਈ ਸ਼ਿਵਪੁਰੀ ਦੇ ਵਿੱਚ ਜਿਹੜਾ ਹੈ ਉਹ ਅਸਥਾਨ ਪ੍ਰਾਪਤ ਹੋਵੇਗਾ। ਅਤੇ ਬਾਕੀ ਉਹ ਆਪਣੀ ਖੁਸ਼ੀ ਦੇ ਨਾਲ ਜਿੰਨਾ ਕਿਸੇ ਨੂੰ ਸਮਾਂ ਦੇ ਦੇਵੇ, ਉਨਾ ਹੀ ਸਾਲ ਉਹ ਸ਼ਿਵਪੁਰੀ ਦੇ ਵਿੱਚ ਰਹਿ ਸਕਦਾ। ਪਰ ਦੇਖੋ, ਜਿਵੇਂ ਕਿ ਸਾਫ ਸੰਗਤਾਂ ਸਭ ਜਾਣਦੀਆਂ ਕਿ ਭਾਈ ਤਿਲਕੂ ਜੀ ਨੇ ਇਹਦੇ ਜਿਹੜੇ ਸੀ ਮਹੇਸ਼ਾ ਯੋਗੀ ਦੇ ਦਰਸ਼ਨ ਨਹੀਂ ਸੀ ਕੀਤੇ, ਅਤੇ ਜਿਹਦੀ ਬਦੌਲਤ ਜਿਹੜੇ ਸੀਗੇ ਮਹੇਸ਼ਾ ਯੋਗੀ ਜਿਹੜਾ ਸੀਗਾ, ਭਾਈ ਤਿਲਕੂ ਜੀ ਦੇ ਦਰਸ਼ਨਾਂ ਤੋਂ ਇੰਨਾ ਪ੍ਰਭਾਵਿਤ ਹੋਇਆ ਕਿ ਗੁਰੂ ਨਾਨਕ ਸਾਹਿਬ ਮਹਾਰਾਜ ਦਾ ਸਿੱਖ ਬਣ ਗਿਆ ਸੀਗਾ। ਅਤੇ ਇਸ ਹੀ ਮਹੇਸ਼ਾ ਯੋਗੀ ਦੇ ਜਿਹੜੇ ਸੀਗੇ ਹੈ ਨਾ, ਇੱਕ ਅੱਗੇ ਤੋਂ ਮਹਾਂਪੁਰਖ ਹੋਏ ਆ, ਸਿੱਧ ਮਹਾਂਪੁਰਖ, ਜਿਨ੍ਹਾਂ ਦਾ ਨਾਂ ਸੀ ਬਾਬਾ ਲੱਖੋ ਜੀ, ਉਹਨਾਂ ਦੀ ਹੈ ਨਾ ਇਹ ਤਪੋ ਭੂਮੀ ਮੰਨੀ ਜਾਂਦੀ ਹੈਗੀ ਆ। ਸੋ ਆਓ, ਆਪਾਂ ਸੰਤ ਬਾਬਾ ਹਰਨਾਮ ਸਿੰਘ ਉਹਨਾਂ ਦਾ, ਅਗਰ ਉਹਨਾਂ ਦੇ ਜੀਵਨ ਦੇ ਪ੍ਰਕਾਸ਼ ਨੂੰ ਆਪਾਂ ਥੋੜ੍ਹਾ ਨਜ਼ਰੀਆ ਮਾਰੀਏ, ਅਤੇ ਇਤਿਹਾਸ ਪੱਖ ਇਹ ਦੱਸਦੇ ਆ ਕਿ ਆਪ ਜੀ ਦਾ ਜਿਹੜਾ ਜਨਮ ਹੈ ਨਾ 1877 ਈਸਵੀ, ਇਹ ਬਿਕਰਮੀ ਜਿਹੜੀ ਹੈ ਨਾ 1934 ਕੱਤਕ ਮਹੀਨੇ ਦੀ ਪੂਰਨਮਾਸ਼ੀ ਜਿਹੜੀ ਸੀ 2 ਵਜੇ, ਇਸ 2 ਵਜੇ ਹਨ ਮਾਤਾ ਰਾਮ ਦੀ ਅਤੇ ਪਿਤਾ ਜਿਹੜੇ ਸੀਗੇ ਇਹਨਾਂ ਦਾ ਮਾਈ ਦਾਸ, ਇਹਨਾਂ ਦੇ ਗ੍ਰਹਿ ਵਿਖੇ ਹੋਇਆ। ਸੋ ਜਿਵੇਂ ਗੁਰਬਾਣੀ ਦਾ ਫਰਮਾਨ ਹੈ ਨਾ ਵੀ ਜਨਮ ਮਰਨ ਦੋਹੂੰ ਮੈਂ ਨਾਹੀਂ, ਜਨ ਪਰ ਉਪਕਾਰੀ ਆਏ, ਜੀ ਦੈਨ ਦੇ ਭਗਤੀ ਲੈਣ ਹਰਸੋਂ ਲੈਣ ਮਿਲਾਏ।
ਇਹੋ ਜਿਹੇ ਬਾਲਕ ਦੇ ਰੂਪ ਵਿੱਚ ਬਾਬਾ ਹਰਨਾਮ ਸਿੰਘ ਜਿਹੜੇ ਸੀ ਇਹਨਾਂ ਦੇ ਗ੍ਰਹਿ ਵਿਖੇ ਆਏ ਸੀਗੇ। ਸੋ ਉਹ ਮਾਤਾ ਪਿਤਾ ਜਿਹੜੇ ਧੰਨ ਧੰਨ ਦੇ ਯੋਗ ਆ, ਕਿਉਂ ਜਿਵੇਂ ਗੁਰਬਾਣੀ ਦੇ ਫਰਮਾਨ ਹੈ ਕਿ ਧਨ ਜਨਨੀ ਜਿਨ ਜਾਇਆ ਧਨ ਪਿਤਾ ਪ੍ਰਧਾਨ, ਕਿ ਉਹ ਜਿਹੜੀ ਜਨਨੀ ਮਾਂ ਹੈਗੀ ਆ ਉਹ ਧੰਨਤਾ ਯੋਗ ਹੈ ਅਤੇ ਉਹਨਾਂ ਦੇ ਪਿਤਾ ਜੀ ਧੰਨਤਾ ਯੋਗ ਹੈ, ਜਿਨ੍ਹਾਂ ਦੇ ਗ੍ਰਹਿ ਵਿਖੇ ਇਹੋ ਜਿਹੀਆਂ ਮਹਾਨ ਆਤਮਾਵਾਂ ਜਿਹੜਾ ਉਹਨਾਂ ਦਾ ਪ੍ਰਵੇਸ਼ ਹੁੰਦਾ ਉਹਨਾਂ ਦੇ ਗ੍ਰਹਿ ਦੇ ਵਿਖੇ। ਸੋ ਮਹਾਂਪੁਰਖਾਂ ਦਾ ਜਿਹੜਾ ਹੈ ਨਾ ਚਿਹਰਾ ਸੀਗਾ ਬੜਾ ਹੀ ਰੂਹਾਨੀਅਤ ਵਾਲਾ ਸੀਗਾ, ਕਿਉਂਕਿ ਸ਼ੁਰੂ ਤੋਂ ਹੀ ਹੈ ਨਾ, ਕਿਉਂਕਿ ਪਿਛਲੇ ਜਨਮਾਂ ਦੀ ਬੰਦਗੀ ਜਿਹੜੀ ਹੈ ਉਹ ਮਹਾਂਪੁਰਖਾਂ ਦੇ ਉੱਤੇ ਇੰਨੀ ਹੁੰਦੀ ਆ ਕਿ ਬਾਬਾ ਜੀ ਦਾ ਜਿਹੜਾ ਪਹਿਲਾ ਰੁਝਾਨ ਸੀਗਾ ਨਾ ਉਹ ਸਾਧੂਆਂ ਵਾਲਾ ਸੀਗਾ, ਸੰਤਾਂ ਵਾਲਾ ਸੀਗਾ। ਇਸ ਕਰਕੇ ਬਾਬਾ ਜੀ ਭਾਵੇਂ ਨਾ ਆਪਣੇ ਜੀਵਨ ਦੇ ਵਿੱਚ ਘੱਟ ਪੜ੍ਹੇ ਲਿਖੇ ਸੀ, ਪਰ ਕਿਉਂਕਿ ਦੁਨਿਆਵੀ ਪੜ੍ਹਾਈ ਨਾਲੋਂ ਇਹਨਾਂ ਦੇ ਅੰਦਰ ਗੁਰਮਤ ਦੀ ਜਿਹੜੀ ਵਿੱਦਿਆ ਸੀਗੀ ਉਹਦਾ ਉਤਸ਼ਾਹ ਜ਼ਿਆਦਾ ਹੁੰਦਾ ਸੀਗਾ। ਸੋ ਇਹਨਾਂ ਦੇ ਇਲਾਕੇ ਦੇ ਵਿੱਚ ਨਾ ਇੱਕ ਪੰਡਿਤ ਸੀਗੇ ਜਿਨ੍ਹਾਂ ਦਾ ਨਾਂ ਜਿਹੜਾ ਦੱਸਿਆ ਜਾਂਦਾ ਹੀਰਾਨੰਦ ਜੀ। ਜਿਹੜੇ ਹੀਰਾਨੰਦ ਸੀਗੇ ਇਹ ਜੋਤਸ਼ੀ ਵੀ ਸੀਗੇ ਅਤੇ ਇਹਨਾਂ ਨੂੰ ਪਰਮਾਰਥ ਦਾ ਬੜਾ ਗਿਆਨ ਸੀਗਾ। ਮਹਾਂਪੁਰਖਾਂ ਨੇ ਫਿਰ ਇਹਨਾਂ ਦੀ ਜਿਹੜੀ ਉਹ ਸੰਗਤ ਕੀਤੀ ਸੀ ਅਤੇ ਪੰਡਿਤ ਜਿਹੜੇ ਹੀਰਾਨੰਦ ਸੀ ਹੈ ਨਾ, ਇਹਨਾਂ ਨੇ ਸੰਤ ਬਾਬਾ ਹਰਨਾਮ ਸਿੰਘ ਉਹਨਾਂ ਦੀ ਮਾਤਾ ਨੂੰ ਦੱਸਿਆ ਸੀਗਾ ਕਿ ਇਹ ਜਿਹੜਾ ਹੈ ਨਾ ਢਾਡਿਆ ਆਪਣਾ ਬੱਚਾ ਹੈਗਾ ਬਾਬਾ ਹਰਨਾਮ ਸਿੰਘ, ਇਹ ਜਦੋਂ 22 ਸਾਲ ਦੀ ਉਮਰ ਦੇ ਹੋਣਗੇ ਹੈ ਨਾ ਅਤੇ ਇਹਨਾਂ ਨੂੰ ਬੜੀ ਇੱਕ ਅਦਭੁਤ ਪ੍ਰਾਪਤੀ ਹੋਊਗੀ ਜਦ ਇਹਨਾਂ ਦੀ ਉਮਰ 22 ਸਾਲ ਹੋਊਗੀ। ਇਹ ਪੰਡਿਤ ਹੀਰਾਨੰਦ ਜੀ ਨੇ ਹੈ ਨਾ ਮਹਾਂਪੁਰਖਾਂ ਦੇ ਮਾਤਾ ਜੀ ਨੂੰ ਦੱਸਿਆ ਸੀਗਾ, ਪਰ ਕਿਉਂਕਿ ਸੰਤ ਬਾਬਾ ਹਰਨਾਮ ਸਿੰਘ ਉਹਨਾਂ ਦਾ ਜਿਹੜਾ ਜੁੱਸਾ ਸੀਗਾ ਸਰੀਰ ਸੀ ਬੜਾ ਤਕੜਾ ਸੀਗਾ ਅਤੇ ਮਹਾਂਪੁਰਖ ਜਿੱਥੇ ਖੇਤੀ ਦੇ ਵਿੱਚ ਜਿਹੜਾ ਸੀ ਉਹ ਜ਼ਿਆਦਾ ਆਪਣਾ ਰੁਝਾਨ ਰੱਖਦੇ ਹੁੰਦੇ ਸੀ ਉੱਥੇ ਦੋ ਖੇਡਾਂ ਦੇ ਵਿੱਚ ਵੀ ਮਹਾਂਪੁਰਖ ਆਪਣਾ ਜ਼ਿਆਦਾ ਰੁਝਾਨ ਰੱਖਦੇ ਸੀ। ਇਹਨਾਂ ਖੇਡਾਂ ਦੇ ਵਿੱਚੋਂ ਇੱਕ ਖੇਡ ਜਿਹੜੀ ਹੈ ਉਹ ਕਬੱਡੀ, ਦੂਸਰਾ ਕੁਸ਼ਤੀ। ਬਾਬਾ ਹਰਨਾਮ ਸਿੰਘ ਹੁਣੀ ਕੁਸ਼ਤੀ ਵੀ ਖੇਡਦੇ ਸੀ ਅਤੇ ਕਬੱਡੀ ਵੀ ਖੇਡਦੇ ਹੁੰਦੇ ਸੀਗੇ, ਇਸ ਕਰਕੇ ਇਹਨਾਂ ਦੀ ਜਿਹੜੀ ਸਿਹਤ ਸੀ ਹੈ ਨਾ ਉਹ ਬਹੁਤ ਹੀ ਵਧੀਆ ਅਤੇ ਬਹੁਤ ਹੀ ਸੁਡੋਲ ਅਤੇ ਨਿੱਗਰ ਹੁੰਦੀ ਸੀਗੀ। ਸਮਾਂ ਪਾ ਕੇ ਹੈ ਨਾ ਸੰਤ ਬਾਬਾ ਹਰਨਾਮ ਸਿੰਘ ਜੀ ਇਹ ਫੌਜ ਦੇ ਵਿੱਚ ਭਰਤੀ ਹੋ ਗਏ। ਜਦੋਂ ਇਹ ਫੌਜ ਦੇ ਵਿੱਚ ਭਰਤੀ ਹੋਏ ਨਾ ਬਾਬਾ ਹਰਨਾਮ ਸਿੰਘ ਜੀ, ਅਤੇ ਉਸ ਟਾਈਮ ਫਿਰ ਇਹਨਾਂ ਦੇ ਜਿਹੜੀ ਲਗਨ ਸੀ ਖਿਆਲ ਸੀਗੇ ਉਹ ਤਾਂ ਗੁਰਮਤ ਖਿਆਲ ਦੇ ਸੀਗੇ। ਸੋ ਇਸ ਕਰਕੇ ਵਾਹਿਗੁਰੂ ਜੀ ਨੇ ਕੋਈ ਕਾਰਨ ਐਸਾ ਬਣਾਇਆ ਹੈ ਨਾ ਕਿ 6 ਸਾਲ ਦੀ ਨੌਕਰੀ ਤੋਂ ਬਾਅਦ ਹੈ ਨਾ ਬਾਬਾ ਜੀ ਦੀ ਜਿਹੜੀ ਸੀ ਪਲਟੂਨ ਸੀਗੀ ਉਹ ਨਸ਼ਹਿਰੇ ਜਿਹੜੀ ਸੀ ਉਹ ਗਈ ਸੀ। ਜਦ ਨਸ਼ਹਿਰੇ ਗਈ ਹੈ ਨਾ, ਨਸ਼ਹਿਰੇ ਦੇ ਲਾਗੇ ਹੈ ਨਾ ਉੱਥੇ ਹੋਤੀ ਮਰਦਾਨ ਡੇਰਾ ਹੈਗਾ ਸੰਤ ਬਾਬਾ ਕਰਮ ਸਿੰਘ ਹੋਣਾ ਦਾ, ਅਤੇ ਸੰਤ ਬਾਬਾ ਕਰਮ ਸਿੰਘ ਹੋਣਾ ਦਾ ਕਿਉਂਕਿ ਉਸ ਇਲਾਕੇ ਦੇ ਵਿੱਚ ਬਹੁਤ ਹੀ ਜ਼ਿਆਦਾ ਸਤਿਕਾਰ ਸੀ, ਉਹਨਾਂ ਦਾ ਤਪੋਬਲ ਜਿਹੜਾ ਸੀਗਾ ਉਸ ਇਲਾਕੇ ਦੇ ਉੱਤੇ ਵੀ ਛਾਇਆ ਹੋਇਆ ਸੀਗਾ, ਪਰ ਕਿਉਂਕਿ ਮਹਾਂਪੁਰਖਾਂ ਦੀਆਂ ਮਹਾਂਪੁਰਖੀ ਜਾਣਦੇ ਆ, ਪਰ ਦੱਸਦੇ ਆ ਕਿ ਸੰਤ ਬਾਬਾ ਕਰਮ ਸਿੰਘ ਹੋਣਾ ਨੇ ਹੈ ਨਾ ਜਦੋਂ ਬਾਬਾ ਹਰਨਾਮ ਸਿੰਘ ਜੀ ਉਸ ਇਲਾਕੇ ਵਿੱਚ ਆਏ ਹੈ ਨਾ ਆਪਣੀ ਫੌਜ ਦੇ ਵਿੱਚ, ਤਾਂ ਸੰਤ ਬਾਬਾ ਕਰਮ ਸਿੰਘ ਹੋਣਾ ਨੇ ਸੰਤ ਵਿਸਾਵਾ ਸਿੰਘ ਜੀ ਹੋਏ ਆ ਉਹਨਾਂ ਨੂੰ ਸੁਨੇਹਾ ਭੇਜਿਆ ਕਿ ਇੱਥੇ ਇੱਕ ਜਿਹੜੇ ਹੈ ਨਾ ਗੁਰੂ ਦੇ ਪਿਆਰੇ ਮਹਾਂਪੁਰਖ ਆਏ ਆ, ਤੁਸੀਂ ਸੁਨੇਹਾ ਉਹਨਾਂ ਨੂੰ ਦਿਓ ਕਿ ਤੁਹਾਨੂੰ ਹੈ ਨਾ ਸੰਤ ਕਰਮ ਸਿੰਘ ਹੋਣੀ ਜਿਹੜੇ ਨੇ ਉਹ ਯਾਦ ਕਰਦੇ ਆ। ਸੰਤ ਬਾਬਾ ਵਿਸਾਵਾ ਸਿੰਘ ਹੋਣਾ ਨੇ ਇਹ ਸੁਨੇਹਾ ਜਿਹੜਾ ਨਾ ਸੰਤ ਬਾਬਾ ਕਰਮ ਸਿੰਘ ਹੋਣਾ ਦਾ ਇਹ ਸੰਤ ਜਿਹੜੇ ਹੈ ਨਾ ਬਾਬਾ ਹਰਨਾਮ ਸਿੰਘ ਹੋਣਾ ਨੂੰ ਜਾ ਕੇ ਦਿੱਤਾ। ਜਦ ਉਹਨਾਂ ਨੂੰ ਜਾ ਕੇ ਦਿੱਤਾ ਤਾਂ ਫਿਰ ਕੀ ਹੋਇਆ, ਫਿਰ ਕਹਿ ਲਓ ਵੀ ਮਹਾਂਪੁਰਖਾਂ ਨੂੰ ਚਾਅ ਚੜ੍ਹ ਗਿਆ, ਬੜੀਆਂ ਖੁਸ਼ੀਆਂ ਹੋਈਆਂ ਵੀ ਸੰਤ ਬਾਬਾ ਕਰਮ ਸਿੰਘ ਹੋਣਾ ਨੇ ਸਾਨੂੰ ਯਾਦ ਕੀਤਾ ਹੈਗਾ। ਅਤੇ ਜਦੋਂ ਸੰਤ ਬਾਬਾ ਹਰਨਾਮ ਸਿੰਘ ਹੋਣੀ ਸੰਤ ਬਾਬਾ ਕਰਮ ਸਿੰਘ ਹੋਣਾ ਦੇ ਕੋਲ ਪਹੁੰਚੇ ਤਾਂ ਉਸ ਟਾਈਮ ਸੰਤ ਬਾਬਾ ਕਰਮ ਸਿੰਘ ਜੀ 101 ਗਾਗਰਾਂ ਦੇ ਨਾਲ ਨਾ ਇਸ਼ਨਾਨ ਕਰ ਰਹੇ ਸੀ। ਜਦ ਇਸ਼ਨਾਨ ਕਰ ਰਹੇ ਸੀ ਤਾਂ ਸੰਤ ਬਾਬਾ ਹਰਨਾਮ ਸਿੰਘ ਹੋਣਾ ਨੇ ਕੀ ਤੱਕਿਆ ਹੈਗਾ ਕਿ ਕਈ ਪ੍ਰੇਮੀ ਜਿਹੜੇ ਹੈ ਨਾ ਕੋਲ ਖੜ੍ਹੇ ਹੈ ਉਹ ਸ਼ਬਦ ਪੜ੍ਹ ਰਹੇ ਹੈ, ਅਤੇ ਕੁਛ ਪ੍ਰੇਮੀ ਸੰਤ ਬਾਬਾ ਕਰਮ ਸਿੰਘ ਹੋਣਾ ਨੂੰ ਇਸ਼ਨਾਨ ਕਰਾ ਰਹੇ ਆ, ਅਤੇ ਜਿਹੜਾ ਪਾਣੀ ਥੱਲੇ ਹੈ ਨਾ ਇਸ਼ਨਾਨ ਦਾ ਵਗਦਾ ਹੈਗਾ ਅਤੇ ਬਹੁਤ ਸਾਰੀ ਸੰਗਤ ਉਹਨਾਂ ਨੂੰ ਚੂੜੀਆਂ ਭਰ ਭਰ ਕੇ ਉਸ ਜਲ ਨੂੰ ਛੱਕ ਰਹੀ ਆ। ਪਰ ਸੰਤ ਬਾਬਾ ਹਰਨਾਮ ਸਿੰਘ ਹੋਣਾ ਨੇ ਨਾ ਮਨ ਦੇ ਵਿੱਚ ਇੰਨੀ ਉਹਨਾਂ ਦੀ ਖਿੱਚ ਬਣੀ ਕਿ ਜਿਹੜਾ ਪਾਣੀ ਸੰਤ ਬਾਬਾ ਕਰਮ ਸਿੰਘ ਹੋਣਾ ਦੇ ਅੰਗ ਦੇ ਨਾਲ ਲੱਗ ਕੇ ਹੈ ਨਾ ਜ਼ਮੀਨ 'ਤੇ ਆ ਰਿਹਾ ਸੀਗਾ, ਉਸੇ ਹੀ ਪਾਣੀ ਦੇ ਉੱਤੇ ਹੈ ਨਾ ਸੰਤ ਬਾਬਾ ਹਰਨਾਮ ਸਿੰਘ ਹੋਣੀ ਲੰਮੇ ਪੈ ਗਏ। ਜਦ ਲੰਮੇ ਪਏ ਬਸ ਫਿਰ ਕੀ ਸੀ, ਜਿਵੇਂ ਮਹਾਂਪੁਰਖਾਂ ਦੇ ਬਚਨ ਹੈ ਕਿ ਚਰਨ ਸਾਧ ਕੇ ਧੋਏ ਧੋਏ ਪੀਓ,
ਬਸ ਇਸ ਤਰ੍ਹਾਂ ਜਿਹਨੇ ਜਿਵੇਂ ਆਪਣੀ ਆਤਮਾ ਦੇ ਨਾਲ ਹੈ ਨਾ ਮਹਾਂਪੁਰਖਾਂ ਦੇ ਜੋ ਜਲ ਹੈ ਉਹਦੇ ਵਿੱਚ ਆਪਣੀ ਆਤਮਾ ਦਾ ਨੂੰ ਰੰਗ ਰਹੇ ਆ। ਜਦ ਇਸ ਤਰ੍ਹਾਂ ਹੋਇਆ ਤਾਂ ਸੰਤ ਬਾਬਾ ਕਰਮ ਸਿੰਘ ਹੋਣਾ ਦਾ ਜਦੋਂ ਹੈ ਨਾ ਇਸ਼ਨਾਨ ਪੂਰਾ ਹੋਇਆ ਤਾਂ ਉਹਨਾਂ ਨੇ ਨਜ਼ਰ ਮਾਰੀ, ਉਹਨੇ ਕੀ ਤੱਕਿਆ ਕਿ ਇੱਕ ਬਹੁਤ ਹੀ ਜਿਹੜੀ ਨੇ ਦਿਵ ਮੂਰਤੀ ਹੈ ਜਿੱਥੇ ਇਹਨਾਂ ਦਾ ਜਲ ਜਿਹੜਾ ਵਹਿ ਰਿਹਾ ਉਸ ਜਲ ਦੇ ਵਿੱਚ ਡੰਡੋਤ ਬੰਦਨਾ ਹੋ ਕੇ ਲੇਟੀ ਹੋਈ ਆ। ਸੰਤ ਬਾਬਾ ਕਰਮ ਸਿੰਘ ਹੁਣੀ ਉੱਠੇ, ਉੱਠ ਕੇ ਹੈ ਨਾ ਉੱਠਦੇ ਸਾਰ ਹੀ ਉਹਨਾਂ ਨੇ ਸੰਤ ਬਾਬਾ ਹਰਨਾਮ ਸਿੰਘ ਹੁਣਾਂ ਨੂੰ ਜਿਹੜਾ ਸੀ ਜੱਫੀ ਦੇ ਵਿੱਚ ਲੈ ਲਿਆ। ਜਦ ਜੱਫੀ 'ਚ ਲਿਆ ਬਸ ਇਉਂ ਕਹਿ ਲਓ ਵੀ ਜਿਵੇਂ ਹੈ ਨਾ ਪੂਰਾ ਚਾਨਣਾ ਹੋ ਗਿਆ ਹੈ, ਸਾਰੇ ਕਵਾੜ ਖੁੱਲ੍ਹ ਗਏ ਹੈ, ਰਿੱਧੀਆਂ ਸਿੱਧੀਆਂ ਜਿਹੜੀਆਂ ਹਨ ਸਾਰੀਆਂ ਜਿਹੜੀਆਂ ਹੈਗੀਆਂ ਸੰਤ ਬਾਬਾ ਕਰਮ ਸਿੰਘ ਹੁਣਾਂ ਨੇ ਸੰਤ ਬਾਬਾ ਹਰਨਾਮ ਸਿੰਘ ਹੁਣਾਂ ਨੂੰ ਉਸ ਗਲਬਕੜੀ ਦੇ ਵਿੱਚ ਹੀ ਬਖਸ਼ ਦਿੱਤੀਆਂ ਹੈ। ਇਹ ਐਸਾ ਇੱਕ ਜਿਹੜਾ ਨਾ ਕਰੰਟ ਸੀ ਬਿਜਲੀ ਦਾ, ਇਹ ਮਹਾਂਪੁਰਖਾਂ ਦੇ ਜਿਹੜੇ ਸੀ ਦੋਨਾਂ ਦਾ ਆਪਸ ਵਿੱਚ ਇਸ ਤਰ੍ਹਾਂ ਦਾ ਜੁੜ ਗਿਆ। ਉਸ ਤੋਂ ਬਾਅਦ ਸੰਤ ਬਾਬਾ ਕਰਮ ਸਿੰਘ ਜੀ ਇਹ ਆਪਣੇ ਡੇਰੇ ਚਲੇ ਗਏ, ਡੇਰੇ ਜਾ ਕੇ ਬੈਠੇ ਹੈ ਨਾ, ਇਹਨਾਂ ਨੇ ਫਿਰ ਸੰਤ ਬਾਬਾ ਹਰਨਾਮ ਸਿੰਘ ਹੁਣਾਂ ਨੂੰ ਆਪਣੇ ਡੇਰੇ ਵਿਖੇ ਬੁਲਾਇਆ। ਉੱਥੇ ਬੁਲਾ ਕੇ ਨਾ ਜਿਹੜੀ ਗੱਲਬਾਤ ਕੀਤੀ ਉਹਦੇ ਵਿੱਚ ਫਿਰ ਸੰਤ ਬਾਬਾ ਕਰਮ ਸਿੰਘ ਹੁਣਾਂ ਨੇ ਇਹਨਾਂ ਨੂੰ ਫਿਰ ਨਾਮਦਾਨ ਇਸ਼ਨਾਨ ਦੀ ਵਿਧੀ ਦੱਸੀ ਆ। ਇਹ ਸਾਰੀਆਂ ਜਿਹੜੀਆਂ ਨੇ ਯੁਕਤੀਆਂ ਹੈਗੀਆਂ ਕਿ ਨਾਮ ਕਿਵੇਂ ਜਪਣਾ, ਪਰਮੇਸ਼ਰ ਦੀ ਬੰਦਗੀ ਕਿਵੇਂ ਕਰਨੀ ਹੈ, ਇਹ ਸਾਰੀ ਗੱਲਬਾਤ ਸੰਤ ਬਾਬਾ ਕਰਮ ਸਿੰਘ ਹੁਣਾਂ ਨੇ ਬਾਬਾ ਹਰਨਾਮ ਸਿੰਘ ਹੁਣਾਂ ਨੇ ਕੀਤੀ ਸੀ। ਅਤੇ ਇਸ ਗੱਲਬਾਤ ਤੋਂ ਸੰਤ ਬਾਬਾ ਹਰਨਾਮ ਸਿੰਘ ਜੀ ਇੰਨੇ ਪ੍ਰਭਾਵਿਤ ਹੋ ਗਏ ਤਾਂ ਉਹਨਾਂ ਨੇ ਸੰਤ ਬਾਬਾ ਕਰਮ ਸਿੰਘ ਹੁਣਾਂ ਨੂੰ ਪੁੱਛ ਲਿਆ ਕਿ ਮਹਾਂਪੁਰਖੋ ਜੇ ਤੁਸੀਂ ਕਹੋ ਤਾਂ ਮੈਂ ਇਹ ਨੌਕਰੀ ਛੱਡ ਕੇ ਨਾ ਹੁਣੇ ਪਖੀਰੀ ਲਿਬਾਸ ਧਾਰਨ ਕਰ ਲੈਂਦਾ ਹੈਗਾ। ਪਰ ਬਾਬਾ ਕਰਮ ਸਿੰਘ ਹੁਣਾਂ ਨੇ ਉਸ ਟਾਈਮ ਕਿਹਾ ਸੀਗਾ, ਨਹੀਂ ਹਰਨਾਮ ਸਿੰਘ ਜੀ, ਵੀ ਤੁਸੀਂ ਜਿਹੜੀ ਹੈ ਨਾ ਇਸ ਫੌਜ ਦੇ ਵਿੱਚ ਨੌਕਰੀ ਕਰਦੇ ਹਾਂ ਜਿਹੜੀ ਹੈ ਨਾ ਬੰਦਗੀ ਕਰਨੀ ਹੈਗੀ ਆ, ਜਦ ਸਮਾਂ ਆਇਆ ਫਿਰ ਅਸੀਂ ਤੁਹਾਡੇ ਨਾਲ ਸਾਰੀ ਗੱਲਬਾਤ ਸਾਂਝੀ ਕਰਾਂਗੇ। ਫਿਰ ਗੱਲ ਕੀ ਸੀ ਕਿ ਸੰਤ ਬਾਬਾ ਹਰਨਾਮ ਸਿੰਘ ਹੁਣਾਂ ਨੇ ਫਿਰ ਨੌਕਰੀ ਕਰਦਿਆਂ ਜਿਹੜੀ ਸੀ ਉਹ ਬੰਦਗੀ ਕਰਨੀ ਸ਼ੁਰੂ ਕਰ ਦਿੱਤੀ ਆ। ਬਸ ਇਸ ਬੰਦਗੀ ਦੇ ਵਿੱਚ ਦਿਨ ਰਾਤ ਜਿਹੜੀ ਸੀ ਉਹ ਮਹਾਂਪੁਰਖਾਂ ਨੇ ਇੱਕ ਕਰ ਦਿੱਤੀ। ਡਿਊਟੀ ਦੇ ਸਮੇਂ ਹੈ ਨਾ ਬਾਬਾ ਹਰਨਾਮ ਸਿੰਘ ਹੁਣਾਂ ਨੇ 25 ਪਾਠ ਜਿਹੜੇ ਜਪਜੀ ਸਾਹਿਬ ਦੇ ਕਰਨੇ, ਫਿਰ ਮੂਲ ਮੰਤਰ ਦੇ ਜਿਹੜੇ ਉਹ ਜਾਪ ਕਰਨੇ, ਉਸ ਤੋਂ ਬਾਅਦ ਗੁਰਮੰਤਰ ਦੇ ਜਾਪ ਕਰਨੇ। ਫਿਰ ਜਦ ਸਮਾਂ ਬਣਨਾ ਹੈ ਨਾ, ਇੱਕ ਉੱਥੇ ਦਰਿਆ ਜਿਹੜਾ ਸੀ ਉਹ ਲੋਢਾ ਦਰਿਆ ਪੈਂਦਾ ਸੀਗਾ, ਉਹਦੇ ਵਿੱਚ ਅੰਦਰ ਵੜ ਕੇ ਹੈ ਨਾ ਮਹਾਂਪੁਰਖਾਂ ਨੇ ਫਿਰ ਪਾਣੀ ਵਿੱਚ ਖੜ੍ਹ ਕੇ ਬੰਦਗੀ ਕਰਨੀ। ਬਸ ਇਸ ਤਰ੍ਹਾਂ ਹੈ ਨਾ ਜਿੰਨੀ ਵੀ ਨਾਮ ਦੀ ਰੰਗਣ ਸੀਗੀ ਇਹ ਸੰਤ ਬਾਬਾ ਹਰਨਾਮ ਸਿੰਘ ਹੁਣਾਂ ਨੇ ਆਪਣੇ ਰੋਮ ਰੋਮ ਦੇ ਵਿੱਚ ਇਸੇ ਤਰ੍ਹਾਂ ਬੰਦਗੀ ਕਰਦਿਆਂ ਸਮਾ ਲਈ ਸੀਗੀ। ਸਮਾਂ ਜਿਹੜਾ ਹੈ ਨਾ ਉਹ ਆਪਣੀ ਰਫ਼ਤਾਰ ਚੱਲਦਾ ਰਿਹਾ ਅਤੇ ਦੇਖੋ ਇਸੇ ਹੀ ਲੁੱਡੇ ਦਰਿਆ ਦੇ ਉੱਤੇ ਸੰਤ ਬਾਬਾ ਅਤਰ ਸਿੰਘ ਜੀ ਮਸਤੂਆਣੀ ਵੀ ਜਿਹੜੇ ਸੀ ਉਹ ਪਾਣੀ ਵਿੱਚ ਖੜ੍ਹ ਕੇ ਬੰਦਗੀ ਕਰਦੇ ਹੁੰਦੇ ਸੀ ਕਿਸੇ ਸਮੇਂ। ਜਦੋਂ ਇੱਕ ਦਿਨ ਦੋਨਾਂ ਦਾ ਮਿਲਾਪ ਹੋਇਆ ਨਾ ਆਪਸ ਵਿੱਚ, ਇਸ ਮਿਲਾਪ ਦੇ ਵਿੱਚ ਸੰਤ ਬਾਬਾ ਅਤਰ ਸਿੰਘ ਜੀ ਮਸਤੂਆਣੇ ਵਾਲਿਆਂ ਨੇ ਹੈ ਨਾ ਬਾਬਾ ਹਰਨਾਮ ਸਿੰਘ ਉਹਨਾਂ ਨੂੰ ਆਖਿਆ ਕਿ ਚਲੋ ਆਪਾਂ ਇੱਦਾਂ ਕਰਦੇ ਹਾਂ ਕਿ ਦੇਖਦੇ ਹਾਂ ਕਿ ਕਿਹੜਾ ਇੱਕ ਦੂਜੇ ਤੋਂ ਅੱਗੇ ਨਿਕਲਦਾ ਹੈ ਭਜਨ ਬੰਦਗੀ ਸਿਮਰਨ ਦੇ ਵਿੱਚ। ਫਿਰ ਕਹਿੰਦੇ ਜਦ ਇੱਕ ਸਮਾਂ ਜਦੋਂ ਇਸ ਤਰ੍ਹਾਂ ਦਾ ਆਇਆ ਹੈ ਨਾ, ਸਮਾਂ ਕੀ ਆਇਆ ਕਿ ਬਾਬਾ ਹਰਨਾਮ ਸਿੰਘ ਜਿਹੜੇ ਸੀਗੇ ਹੈ ਨਾ ਇਹ ਉੱਥੇ ਤਰਨ ਤਾਰਨ ਸਾਹਿਬ ਹੈ ਨਾ ਦਰਸ਼ਨ ਕਰਨ ਗਏ। ਜਦ ਤਰਨ ਤਾਰਨ ਸਾਹਿਬ ਗੁਰਦੁਆਰੇ ਦਰਸ਼ਨ ਕਰਨ ਗਏ ਨਾ, ਉੱਥੇ ਹੀ ਫਿਰ ਸੰਤ ਬਾਬਾ ਅਤਰ ਸਿੰਘ ਜੀ ਉਹਨਾਂ ਨੂੰ ਉੱਥੇ ਪਹੁੰਚ ਗਏ। ਜਦ ਪਹੁੰਚੇ ਤਾਂ ਸੰਤ ਬਾਬਾ ਅਤਰ ਸਿੰਘ ਹੁਣਾਂ ਨੇ ਪਿੱਛੋਂ ਦੇਣੀ ਆ ਕੇ ਸੰਤ ਬਾਬਾ ਹਰਨਾਮ ਸਿੰਘ ਹੁਣਾਂ ਨੂੰ ਬੁੱਕਲ ਦੇ ਵਿੱਚ ਲੈ ਲਿਆ ਅਤੇ ਨਾਲ ਹੀ ਜਿਹੜੀ ਹੈ ਨਾ ਉਹ ਲੋਢੇ ਦਰਿਆ ਦੇ ਵਿੱਚ ਜਿਹੜੀ ਬੰਦਗੀ ਕਰਦੇ ਸੀ ਉਹਦੀ ਗੱਲਬਾਤ ਸਾਂਝੀ ਕੀਤੀ। ਮਹਾਂਪੁਰਖ ਕਹਿਣ ਲੱਗੇ ਕਹਿੰਦੇ ਬਈ ਤੁਸੀਂ ਸਾਡੇ ਨਾਲ ਅੱਗੇ ਨਿਕਲ ਗਏ। ਬਾਬਾ ਅਤਰ ਸਿੰਘ ਜੀ ਬਾਬਾ ਹਰਨਾਮ ਸਿੰਘ ਹੁਣਾਂ ਨੂੰ ਕਹਿਣ ਲੱਗੇ, ਕਹਿੰਦੇ ਦੇਖੋ ਤੁਸੀਂ ਤਾਂ ਕਹਿੰਦੇ ਨਿਵਿਰਤੀ ਤੱਕ ਪਹੁੰਚ ਗਏ, ਅਸੀਂ ਪ੍ਰਕਿਰਤੀ ਵਿੱਚ ਹੀ ਜਿਹੜੇ ਹੈਗੇ ਉਹ ਬੈਠੇ ਹਾਂ ਜੀ। ਭਾਵ ਕਿ ਜਿਹੜੀ ਨਿਰਵਿਰਤੀ ਆ ਉਹ ਪ੍ਰਕਿਰਤੀ ਤੋਂ ਵੀ ਉੱਚੀ ਹੈਗੀ ਆ। ਜਦ ਇਹ ਬਚਨ ਬਲਾਸ ਹੋਏ ਮਹਾਂਪੁਰਖਾਂ ਦੇ ਆਪਸ ਵਿੱਚ ਅਤੇ ਉੱਥੇ ਦੀਆਂ ਜਿਹੜੀਆਂ ਸੰਗਤਾਂ ਸੀਗੀਆਂ ਉਹ ਵੀ ਜਿਹੜੀਆਂ ਇਹਨਾਂ ਦੇ ਬਚਨ ਬਲਾਸਾਂ ਨੂੰ ਸੁਣ ਕੇ ਬੜੀਆਂ ਪ੍ਰਸੰਨ ਹੋਈਆਂ ਸੀਗੀਆਂ। ਫਿਰ ਇੱਕ ਵਾਰ ਜਦੋਂ ਸੰਤ ਬਾਬਾ ਜੀ ਆਪਣੇ ਛੁੱਟੀ ਆਏ ਪਿੰਡ ਅਤੇ ਇਹਨਾਂ ਦੀ ਮਾਤਾ ਜੀ ਨੇ ਹੈ ਨਾ ਮਹਾਂਪੁਰਖਾਂ ਦੀ ਨੇ ਇਹ ਪੰਡਿਤ ਹੀਰਾਨੰਦ ਜਿਹੜੇ ਸੀਗੇ ਉਹਨਾਂ ਦੀ ਗੱਲ ਨੂੰ ਯਾਦ ਕਰਾਇਆ ਕਿ ਪੰਡਿਤ ਹੀਰਾਨੰਦ ਜੀ ਨੇ ਸਾਨੂੰ ਦੱਸਿਆ ਸੀਗਾ ਕਿ ਜਦੋਂ ਤੁਹਾਡੀ ਉਮਰ ਹੈ ਨਾ 22 ਸਾਲ ਦੀ ਹੋ ਜੂਗੀ ਤੁਹਾਨੂੰ ਇੱਕ ਸ੍ਰੇਸ਼ਟ ਵਸਤੂ ਪ੍ਰਾਪਤ ਹੋ ਜਾਊਗੀ। ਅਤੇ ਮਹਾਂਪੁਰਖਾਂ ਨੂੰ ਆਖਣ ਲੱਗੇ ਇਹਨਾਂ ਦੇ ਮਾਤਾ ਜੀ ਕਿ ਤੁਹਾਨੂੰ ਉਹ ਵਸਤੂ ਮਿਲ ਗਈ ਆ। ਉਸ ਟਾਈਮ ਮਹਾਂਪੁਰਖਾਂ ਦੀ ਜਿਹੜੀ ਉਮਰ ਸੀ ਉਹ 23 ਸਾਲ ਦੇ ਕਰੀਬ ਸੀਗੀ।
ਤੇ ਮਹਾਂਪੁਰਖ ਕਹਿਣ ਲੱਗੇ, ਕਹਿੰਦੇ ਹਾਂ, ਕਹਿੰਦੇ ਮਾਤਾ ਜੀ ਸਾਨੂੰ ਜਿਹੜੀ ਵਸਤੂ ਮਿਲ ਗਈ ਆ, ਸਾਨੂੰ ਸੰਤ ਬਾਬਾ ਕਰਮ ਸਿੰਘ ਹੁਣਾਂ ਨੇ ਇੱਕ ਐਸੀ ਵਸਤੂ ਦਿੱਤੀ ਹੈਗੀ ਆ ਜਿਹਦਾ ਕੋਈ ਮੁੱਲ ਨਹੀਂ, ਜਿਹਨੂੰ ਬਾਣੀ ਕਹਿੰਦੀ ਆ ਅਮੁੱਲ ਗੁਣ ਅਮੁੱਲ ਵਪਾਰ, ਅਮੁੱਲ ਵਪਾਰੀ ਅਮੁੱਲ ਭੰਡਾਰ, ਅਮੁੱਲ ਲਾਵੇ ਅਮੁੱਲ ਲੈ ਜਾਏ, ਮੁੱਲ ਪਾਏ ਮੁੱਲਾ ਸਮਾਏ। ਐਸੀ ਵਸਤੂ ਜਿਹੜੀ ਸਾਨੂੰ ਮਹਾਂਪੁਰਖਾਂ ਨੇ ਦਿੱਤੀ ਆ। ਜਦ ਮਹਾਂਪੁਰਖਾਂ ਨੇ ਆਪਣੀ ਮਾਤਾ ਜੀ ਨੇ ਇਸ ਤਰ੍ਹਾਂ ਦੇ ਬਚਨ ਕੀਤੇ, ਫਿਰ ਇਹਨਾਂ ਦੀ ਮਾਤਾ ਜੀ ਜਿਹੜੇ ਬੜੇ ਪ੍ਰਸੰਨ ਹੋਏ। ਫਿਰ ਜਿਉਂ ਜਿਉਂ ਕਿ ਸੰਤ ਬਾਬਾ ਹਰਨਾਮ ਸਿੰਘ ਜੀ ਫੌਜ ਦੇ ਵਿੱਚ ਨੌਕਰੀ ਕਰਦੇ ਹੁੰਦੇ ਸੀ, ਜਦ ਸਮਾਂ ਬਣਦਾ ਸੀਗਾ ਹੈ ਨਾ, ਤਾਂ ਇਹ ਕਿਸੇ ਇਕਾਂਤ ਜਗ੍ਹਾ ਦੇ ਉੱਤੇ ਬੈਠ ਕੇ ਬੰਦਗੀ ਕਰਦੇ ਹੁੰਦੇ ਸੀ। ਜਦ ਬੰਦਗੀ ਕਰਦੇ ਹੁੰਦੇ ਸੀ ਤਾਂ ਉਹਨਾਂ ਦੇ ਹੈ ਨਾ ਫੌਜ ਦੇ ਵਿੱਚ ਇੱਕ ਭਾਈ ਦਲੀਪ ਸਿੰਘ ਹੋਣੀ ਸੀ, ਉਹਨਾਂ ਨੇ ਮਨ 'ਚ ਵਿਚਾਰ ਕੀਤੀ ਕਿ ਭਾਈ ਹਰਨਾਮ ਸਿੰਘ ਜਿਹੜੇ ਆ ਉਹ ਕੱਲ੍ਹ ਦੇ ਵਿੱਚ ਇਕਾਂਤ 'ਚ ਪਤਾ ਨਹੀਂ ਕਿੱਥੇ ਜਾਂਦੇ ਆ, ਮੈਂ ਇਹਨਾਂ ਤਾਂ ਪਿੱਛਾ ਤਾਂ ਕਰਾਂ। ਜਦੋਂ ਭਾਈ ਦਲੀਪ ਸਿੰਘ ਜੀ ਹੈ ਨਾ ਮਹਾਂਪੁਰਖਾਂ ਦੇ ਪਿੱਛੇ ਇੱਕ ਦਿਨ ਛੁੱਪ ਕੇ ਚੱਲ ਗਏ, ਜਦ ਕੀ ਦੇਖਿਆ ਜਿਸ ਜਗ੍ਹਾ ਹੈ ਨਾ ਸੰਤ ਬਾਬਾ ਹਰਨਾਮ ਸਿੰਘ ਹੁਣੀ ਚੌਂਕੜਾ ਲਾ ਕੇ ਬੈਠੇ ਸੀ ਤਾਂ ਆਲੇ ਦੁਆਲੇ ਬੜੇ ਜੰਗਲੀ ਭਿਆਨਕ ਜਾਨਵਰ ਸੀਗੇ। ਉਹਨਾਂ ਨੂੰ ਦੇਖ ਕੇ ਹੈ ਨਾ ਦਲੀਪ ਸਿੰਘ ਡਰ ਕੇ ਹੈ ਨਾ ਉੱਤੇ ਦਰੱਖਤ 'ਤੇ ਚੜ੍ਹ ਗਿਆ, ਪਰ ਹੈਰਾਨ ਬੜਾ ਹੋਇਆ ਕਿ ਬਾਬਾ ਹਰਨਾਮ ਸਿੰਘ ਜਿਹੜੇ ਜੰਗਲੀ ਜਾਨਵਰਾਂ ਦੇ ਵਿੱਚ ਬੈਠ ਕੇ ਜਿਹੜੇ ਬੜੇ ਆਰਾਮ ਦੇ ਨਾਲ ਜਿਹੜਾ ਅੱਖਾਂ ਮੀਟ ਕੇ ਬੈਠੇ ਆ। ਪਰ ਫਿਰ ਨਾਲ ਹੀ ਉਹਨੂੰ ਹੈ ਨਾ ਆਪਣੀ ਗਲਤੀ 'ਚ ਪਛਤਾਵਾ ਹੋਇਆ ਕਿ ਮੈਂ ਸੋਚਿਆ ਤਾਂ ਕੋਈ ਹੋਰ ਸੀਗਾ, ਪਰ ਮਹਾਂਪੁਰਖ ਤਾਂ ਕੁਛ ਹੋਰ ਜਿਹੜੇ ਨਿਕਲੇ, ਉਹ ਤਾਂ ਰੱਬੀ ਜੋਤ ਜਿਹੜੇ ਆ ਉਹ ਸਾਨੂੰ ਇਸ ਜਗ੍ਹਾ 'ਤੇ ਆ ਕੇ ਪ੍ਰਥੱਖ ਹੋਏ ਜਿੱਥੇ ਇੰਨੇ ਖਤਰਨਾਕ ਜਾਨਵਰ ਵੀ ਇਹਨਾਂ ਨੂੰ ਕੁਛ ਨਹੀਂ ਕਹਿੰਦੇ। ਫਿਰ ਇਹ ਦੇਖ ਕੇ ਹੈ ਨਾ ਸਾਰਾ ਅਚੰਬਾ ਭਾਈ ਦਲੀਪ ਸਿੰਘ ਹੁਣਾਂ ਦੇ ਮਨ ਦੇ ਵਿੱਚ ਬੜੀ ਸ਼ਰਧਾ ਬਣ ਗਈ। ਫਿਰ ਕੁਛ ਦਿਨਾਂ ਬਾਅਦ ਹੈ ਨਾ ਉਹ ਆਏ, ਉਹਨਾਂ ਨੇ ਹੈ ਨਾ ਨਾਲ ਇੱਕ ਮਠਿਆਈ ਦਾ ਡੱਬਾ ਲਾਇਆ ਵੀ ਮੈਂ ਡੱਬਾ ਲੈ ਕੇ ਨਾ ਮਹਾਂਪੁਰਖਾਂ ਤੋਂ ਆਪਣੀ ਭੁੱਲ ਬਖਸ਼ਾਵਾਂ ਅਤੇ ਨਾਲ ਜਿਹੜਾ ਸੀ ਹੈ ਨਾ ਉਹਨਾਂ ਦੇ ਦਰਸ਼ਨ ਵੀ ਕਰ ਲਵਾਂ। ਇਹ ਸੋਚ ਕੇ ਭਾਈ ਦਲੀਪ ਸਿੰਘ ਜੀ ਜਦੋਂ ਗਏ, ਜਦ ਕੀ ਦੇਖਿਆ ਮਹਾਂਪੁਰਖ ਉੱਥੇ ਹੀ ਫਿਰ ਚੌਂਕੜਾ ਲਾ ਕੇ ਬੈਠੇ, ਫਿਰ ਜੰਗਲੀ ਜਾਨਵਰ ਜਿਹੜੇ ਬੜੇ ਖਤਰਨਾਕ ਆਲੇ ਦੁਆਲੇ ਬੈਠੇ ਹੈਗੇ। ਉਹ ਭਾਈ ਦਲੀਪ ਸਿੰਘ ਜੀ ਫਿਰ ਉੱਪਰ ਚੜ੍ਹ ਗਏ ਦਰੱਖਤ ਦੇ ਜਾ ਚੜ੍ਹ ਗਏ, ਪਰ ਮਹਾਂਪੁਰਖਾਂ ਨੇ ਫਿਰ ਆਪਣੇ ਜਿਹੜੇ ਨੇਤਰ ਖੋਲ੍ਹੇ, ਸੰਤ ਬਾਬਾ ਹਰਨਾਮ ਸਿੰਘ ਹੁਣਾਂ ਨੇ ਉੱਥੋਂ ਖੋਲ੍ਹੇ ਆਵਾਜ਼ ਮਾਰੀ, ਕਹਿੰਦੇ ਭਾਈ ਦਲੀਪ ਸਿੰਘ ਜੀ ਥੱਲੇ ਆ ਜਾਓ। ਪਰ ਜਦ ਭਾਈ ਦਲੀਪ ਸਿੰਘ ਜੀ ਜਿਹੜੇ ਸੀਗੇ ਉਹ ਥੱਲੇ ਆਉਣ ਤੋਂ ਕਤਰਾਉਣਗੇ, ਥੱਲੇ ਤਾਂ ਜਾਨਵਰ ਵਾ, ਅਤੇ ਮਹਾਂਪੁਰਖ ਕਹਿੰਦੇ ਆ ਜਾਓ ਤੁਹਾਨੂੰ ਕੁਛ ਨਹੀਂ ਕਹਿੰਦੇ। ਅਤੇ ਜਦੋਂ ਭਾਈ ਦਲੀਪ ਸਿੰਘ ਜੀ ਥੱਲੇ ਆਏ, ਉਹਨਾਂ ਨੇ ਆ ਕੇ ਫਿਰ ਮੋਹਰੇ ਮੱਥਾ ਜਿਹੜਾ ਹੈ ਨਾ ਮਹਾਂਪੁਰਖਾਂ ਦੇ ਚਰਨਾਂ 'ਚ ਟੇਕਿਆ, ਅਤੇ ਨਾਲ ਜਿਹੜਾ ਮਠਿਆਈ ਵਾਲਾ ਡੱਬਾ ਰੱਖਿਆ ਜਾਂ ਡੱਬਾ ਰੱਖਿਆ, ਅਤੇ ਬਹੁਤ ਬਰਾਗ ਦੇ ਜੇ ਵਿੱਚ ਜਿਹੜੇ ਸੀ ਉਹ ਭਾਈ ਦਲੀਪ ਸਿੰਘ ਜੀ ਬੈਠ ਗਏ। ਮਹਾਂਪੁਰਖਾਂ ਨੇ ਉਹਨਾਂ ਦੇ ਪ੍ਰਸ਼ਾਦ ਦਾ ਡੱਬਾ ਖੋਲ੍ਹਿਆ, ਖੋਲ੍ਹ ਕੇ ਥੋੜ੍ਹਾ ਪ੍ਰਸ਼ਾਦ ਜਿਹੜਾ ਉਹ ਜਾਨਵਰਾਂ ਨੂੰ ਪਾਤਾ, ਅਤੇ ਜਿਹੜੇ ਜਾਨਵਰ ਸੀ ਉਹ ਪ੍ਰਸ਼ਾਦ ਲੈ ਕੇ ਆਪਣੀ ਜਗ੍ਹਾ 'ਤੇ ਦੂਸਰੇ ਪਾਸੇ ਚਲੇ ਗਏ। ਅਤੇ ਫਿਰ ਜਿਹੜੇ ਸੀ ਭਾਈ ਦਲੀਪ ਸਿੰਘ ਹੁਣਾਂ ਨੇ ਫਿਰ ਮਹਾਂਪੁਰਖਾਂ ਤੋਂ ਆਪਣੀ ਜਿਹੜੀ ਭੁੱਲ ਬਖਸ਼ਾਈ, ਅਤੇ ਮਹਾਂਪੁਰਖਾਂ ਦੇ ਜਿਹੜੇ ਬਚਨ ਸੀਗੇ, ਕਹਿੰਦੇ ਭਾਈ ਕਿ ਤੂੰ ਜਿਹੜਾ ਹੈ ਨਾ ਸਾਡਾ ਪਿੱਛਾ ਨਾ ਕਰਿਆ ਕਰ, ਠੀਕ ਨਹੀਂ। ਪਰ ਉਸ ਟਾਈਮ ਫਿਰ ਭਾਈ ਦਲੀਪ ਸਿੰਘ ਹੁਣਾਂ 'ਤੇ ਵੀ ਸੰਤ ਬਾਬਾ ਹਰਨਾਮ ਸਿੰਘ ਹੁਣਾਂ ਨੇ ਜਿਹੜੀਆਂ ਸੀ ਉਹ ਬਖਸ਼ਿਸ਼ਾਂ ਕਰ ਦਿੱਤੀਆਂ ਸੀਗੀਆਂ। ਸੋ ਉਸ ਤੋਂ ਬਾਅਦ ਹੈ ਨਾ ਭਾਈ ਦਲੀਪ ਸਿੰਘ ਦੀ ਘਟਨਾ ਤੋਂ ਬਾਅਦ ਮਹਾਂਪੁਰਖ ਇੱਕ ਦਿਨ ਜਿੱਦਾਂ ਬੰਦਗੀ 'ਚ ਬੈਠੇ, ਬੰਦਗੀ ਸਮਾਧੀ 'ਚ ਐਸੇ ਬੈਠੇ ਕਿ ਬਹੁਤ ਟਾਈਮ ਜਿਹੜੀ ਸੀ ਉਸ ਨੰਦ ਦੇ ਵਿੱਚੋਂ ਬਾਹਰ ਨਹੀਂ ਆਏ। ਜਦ ਬਾਹਰ ਨਹੀਂ ਆਏ ਤਾਂ ਜਦੋਂ ਸੰਤ ਬਾਬਾ ਹਰਨਾਮ ਸਿੰਘ ਉਹਨਾਂ ਦੀ ਬੰਦਗੀ ਖੁੱਲ੍ਹੀ, ਉਹਨੇ ਕੀ ਦੇਖਿਆ ਵੀ ਟਾਈਮ ਤਾਂ ਬਹੁਤ ਹੋ ਗਿਆ ਅਤੇ ਮੈਂ ਫੌਜ ਤੋਂ ਆਪਣੀ ਡਿਊਟੀ ਤੋਂ ਗੈਰ ਹਾਜ਼ਰ ਹੋ ਗਿਆ। ਇਹ ਸੋਚ ਕੇ ਨਾ ਮਹਾਂਪੁਰਖ ਕਾਹਲੀ ਕਾਹਲੀ ਜਿਹੜੇ ਸੀਗੇ ਆਪਣੀ ਵਰਦੀ ਦੇ ਵਿੱਚ ਵਰਦੀ ਨੂੰ ਪਾ ਕੇ ਨਾ ਫਟਾਫਟ ਜਦ ਆਪਣੇ ਵੱਡੇ ਅਫਸਰ ਦੇ ਕੋਲ ਪਹੁੰਚੇ, ਅਤੇ ਉਹਨੂੰ ਹਜੇ ਦੱਸਣ ਹੀ ਲੱਗੇ ਸੀਗੇ ਕਿ ਅਸੀਂ ਜਿਹੜੇ ਹੈ ਨਾ ਵੀ ਇੰਨੇ ਦਿਨ ਹੋ ਗਏ ਅਸੀਂ ਹੈ ਨਾ ਡਿਊਟੀ 'ਤੇ ਨਹੀਂ ਆਏ। ਹਜੇ ਮਹਾਂਪੁਰਖ ਕਹਿਣ ਹੀ ਲੱਗੇ ਤਾਂ ਅਫਸਰ ਕਹਿਣ ਲੱਗਿਆ, ਕਹਿੰਦੇ ਵੀ ਹਰਨਾਮ ਸਿੰਘ ਤੂੰ ਤਾਂ ਡਿਊਟੀ ਕਰ ਹੀ ਰਿਹਾ ਹੈਗਾ, ਤੇਰੀ ਡਿਊਟੀ ਤਾਂ ਬਰਾਬਰ ਚੱਲ ਰਹੀ, ਤੇਰੇ 'ਤੇ ਹਾਜ਼ਰੀਆਂ ਵੀ ਲੱਗ ਰਹੀਆਂ, ਅਤੇ ਜਿਸ ਜਗ੍ਹਾ ਤੇਰੀ ਡਿਊਟੀ ਉੱਥੇ ਤਾਂ ਤੂੰ ਹੀ ਹੁੰਦਾ ਹੈਗਾ, ਦੂਸਰਾ ਕਿਵੇਂ ਹੋ ਸਕਦਾ ਹੈ। ਜਦ ਗੋਰੇ ਅਫਸਰ ਨੇ ਸੰਤ ਬਾਬਾ ਹਰਨਾਮ ਸਿੰਘ ਉਹਨਾਂ ਨੂੰ ਇਹ ਘਟਨਾ ਦੱਸੀ ਤਾਂ ਮਹਾਂਪੁਰਖ ਜਿਹੜੇ ਉਹ ਮਨ ਹੀ ਮਨ ਬੜੇ ਹੈਰਾਨ ਹੋਏ, ਪਰ ਅੰਦਰ ਦੀ ਸਮਝ ਪੈ ਗਈ ਕਿ ਜਿਵੇਂ ਸੰਤ ਬਾਬਾ ਕਰਮ ਸਿੰਘ ਹੁਣਾਂ ਦੀ ਜਗ੍ਹਾ ਦੇ ਉੱਤੇ ਹੈ ਨਾ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਡਿਊਟੀ ਦਿੱਤੀ ਸੀ, ਉਹੀ ਘਟਨਾ ਸੇਮ ਸਾਡੇ ਨਾਲ ਵੀ ਵਾਪਰ ਗਈ ਆ। ਬਸ ਇਹ ਘਟਨਾ ਤੋਂ ਬਾਅਦ ਨਾ ਸੰਤ ਬਾਬਾ ਹਰਨਾਮ ਸਿੰਘ ਉਹਨਾਂ ਦਾ ਮਨ ਜਿਹੜਾ ਸੀ ਉਹ ਬਰਾਗ ਦੇ ਵਿੱਚ ਆ ਗਿਆ ਸੀਗਾ, ਕਿਸੇ ਐਸੇ ਪ੍ਰੇਮ ਦੇ ਵਿੱਚ ਬਹਿ ਤੁਰਿਆ ਸੀਗਾ। ਅਤੇ ਮਹਾਂਪੁਰਖਾਂ ਨੇ ਫੈਸਲਾ ਕਰ ਲਿਆ ਕਿ ਹੁਣ ਅਸੀਂ ਨਾ ਨੌਕਰੀ ਨਹੀਂ ਕਰਨੀ, ਆਪਣੀ ਨੌਕਰੀ ਛੱਡ ਦੇਣੀ ਹੈਗੀ ਆ। ਫਿਰ ਮਹਾਂਪੁਰਖ ਜਿਹੜੇ ਸੀ ਨਾ ਆਪਣੀ ਫੌਜ ਦੀ ਜਿਹੜੀ ਸੀ ਇਹਨਾਂ ਨੇ ਫਿਰ ਨੌਕਰੀ ਜਿਹੜੀ ਸੀ ਉਹ ਛੱਡ ਦਿੱਤੀ, ਫੌਜ ਦੀ ਨੌਕਰੀ ਛੱਡ ਕੇ ਹੈ ਨਾ, ਅਤੇ ਪਿੰਡ ਫਿਰ ਨੰਗਲ ਖੁਰਦ ਜਿਹੜਾ ਸੀਗਾ, ਜਿਹੜਾ ਮਹਾਂਪੁਰਖਾਂ ਦਾ ਜਿਹੜਾ ਭੂਆ ਫੁੱਫੜ ਦਾ ਪਿੰਡ ਸੀਗਾ ਨਾ, ਫਿਰ ਉੱਥੇ ਆ ਗਏ। ਕਿਉਂਕਿ ਮਹਾਂਪੁਰਖਾਂ ਦੇ ਜਿਹੜੇ ਫੁੱਫੜ ਸੀ ਉਹਨਾਂ ਦਾ ਨਾਮ ਸੀ ਖੇਮ ਸਿੰਘ,
ਅਤੇ ਜਿਹੜੀ ਭੂਆ ਸੀ ਉਹਨਾਂ ਦਾ ਨਾਮ ਖੇਮ ਕੌਰ ਸੀ। ਮਹਾਂਪੁਰਖ ਪਹਿਲਾਂ ਵੀ ਜਿਹੜੇ ਸੀਗੇ ਆਪਣੇ ਫੁੱਫੜ ਅਤੇ ਭੂਆ ਜੀ ਪਾਸ ਜਿਹੜੇ ਆਉਂਦੇ ਹੁੰਦੇ ਸੀ, ਕਿਉਂਕਿ ਇਹ ਬਚਪਨ ਤੋਂ ਪਿਆਰ ਬਣਿਆ ਹੋਇਆ ਸੀਗਾ। ਪਰ ਜਦੋਂ 1908 ਦੇ ਵਿੱਚ ਹੈ ਨਾ ਜਾਣ ਜਿਹੜੀ ਸੀ ਸਿੰਘ ਸਭਾ ਆ ਗੁਰਦੁਆਰੇ ਸਾਹਿਬ ਦੀ ਜਦੋਂ ਮੀਟਿੰਗ ਹੋਈ ਹੈ ਨਾ, ਅਤੇ ਉਸ ਮੀਟਿੰਗ ਦੇ ਵਿੱਚ ਹੈ ਨਾ ਸੰਤ ਬਾਬਾ ਹਰਨਾਮ ਸਿੰਘ ਹੁਣਾਂ ਨੂੰ ਬੁਲਾਇਆ ਗਿਆ ਕਿ ਤੁਸੀਂ ਹੈ ਨਾ ਇੱਥੇ ਪਹੁੰਚੋ। ਪਰ ਉਸ ਟਾਈਮ ਹੈ ਨਾ ਸੰਤ ਬਾਬਾ ਹਰੀ ਸਿੰਘ ਜੀ ਇੱਕ ਮਹਾਂਪੁਰਖ ਹੋਇਆ ਕਹਾਰਪੁਰ ਤੋਂ, ਉਹਨਾਂ ਨੇ ਹੈ ਨਾ ਸੰਤ ਬਾਬਾ ਹਰਨਾਮ ਸਿੰਘ ਹੁਣਾਂ ਦੀ ਅੰਦਰਲੀ ਜਿਹੜੀ ਸੀ ਉਹ ਦਸ਼ਾ ਦੇ ਕੇ ਇਹ ਵਿਚਾਰ ਮਨ 'ਚ ਕੀਤੀ ਕਿ ਮਹਾਂਪੁਰਖ ਜਿਹੜੇ ਹੈ ਨਾ ਇਸ ਇਲਾਕੇ ਵਿੱਚ ਰਹਿਣਾ ਚਾਹੁੰਦੇ, ਇੱਥੇ ਬੰਦਗੀ ਕਰਨਾ ਚਾਹੁੰਦੇ ਆ। ਸੋ ਉਹਨਾਂ ਨੇ ਕੀ ਕੀਤਾ ਹੈ ਨਾ, ਸੰਤ ਬਾਬਾ ਹਰਨਾਮ ਸਿੰਘ ਉਹਨਾਂ ਦੇ ਜਿਹੜੇ ਭੂਆ ਦੇ ਪੁੱਤਰ ਸੀ ਉਹਨਾਂ ਨੂੰ ਚਿੱਠੀ ਲਿਖ ਦਿੱਤੀ। ਜਦ ਚਿੱਠੀ ਲਿਖ ਦਿੱਤੀ ਤਾਂ ਉਹਨਾਂ ਦੇ ਭੂਆ ਦੇ ਪੁੱਤਰ ਜੀ ਉਹ ਵੀ ਬੜੇ ਖੁਸ਼ ਹੋ ਗਏ, ਅਗਰ ਭਾਈ ਹਰਨਾਮ ਸਿੰਘ ਜੀ ਸਾਡੇ ਇਲਾਕੇ 'ਚ ਰਹਿਣਗੇ ਤਾਂ ਇਹ ਤੋਂ ਵੱਡੀ ਖੁਸ਼ੀ ਕੀ ਹੋ ਸਕਦੀ ਆ। ਪਰ ਫਿਰ ਜਦੋਂ ਮਹਾਂਪੁਰਖਾਂ ਨੇ ਇਸ ਇਲਾਕੇ ਨੂੰ ਜਿਹੜਾ ਸੀ ਆਪਣੀ ਨਜ਼ਰ ਦੇ ਨਾਲ ਤੱਕਿਆ ਤਾਂ ਉਹ ਕਹਿਣ ਲੱਗੇ ਵੀ ਭਾਈ ਗੱਲ ਇੱਕ ਹੈਗੀ ਆ ਕਿ ਅਸੀਂ ਜਿਹੜਾ ਹੈ ਨਾ ਇਸ ਇਲਾਕੇ 'ਚ ਨਹੀਂ ਰਹਿ ਸਕਦੇ, ਕਿਉਂ ਇੱਥੇ ਹੈ ਨਾ ਆਮ ਤੌਰ 'ਤੇ ਜਿਹੜੀ ਸੀ ਉਹ ਵਸੋਂ ਜ਼ਿਆਦਾ ਹੈਗੀ ਆ ਇਸ ਇਲਾਕੇ ਦੇ ਵਿੱਚ, ਕਿਉਂਕਿ ਜੋ ਮਹਾਂਪੁਰਖ ਹੁੰਦੇ ਹਨ ਉਹਨਾਂ ਨੂੰ ਭਜਨ ਬੰਦਗੀ ਵਾਸਤੇ ਬੜੀ ਇਕਾਂਤ ਜਗ੍ਹਾ ਦੀ ਲੋੜ ਪੈਂਦੀ ਆ। ਫਿਰ ਮਹਾਂਪੁਰਖਾਂ ਨੇ ਹੈ ਨਾ ਸੰਤ ਬਾਬਾ ਹਰਨਾਮ ਸਿੰਘ ਉਹਨਾਂ ਨੇ ਫਿਰ ਉੱਥੇ ਜਿੰਨੇ ਵੀ ਗੁਰਸਿੱਖ ਪ੍ਰੇਮੀ ਸੀ ਬੈਠੇ ਉਹਨਾਂ ਨੂੰ ਫਿਰ ਰਾਜੇ ਭਰਥਰੀ ਦਾ ਜਿਹੜਾ ਹੈ ਨਾ ਵਿਰਾਗ ਸ਼ਤਕ ਗ੍ਰੰਥ ਸੀਗਾ ਉਹਦੀ ਫਿਰ ਜਿਹੜੀ ਸੀ ਉਹ ਕਥਾ ਜਿਹੜੀ ਸੀ ਉਹ ਸੁਣਾਈ ਸੀਗੀ। ਉਹਦੇ ਵਿੱਚ ਮਹਾਂਪੁਰਖਾਂ ਨੇ ਦੱਸਿਆ ਸੀਗਾ ਕਿ ਕਿਵੇਂ ਜਿਹੜਾ ਸੀ ਰਾਜਾ ਭਰਥਰੀ ਨੂੰ ਜਿਹੜਾ ਵਿਰਾਗ ਹੋ ਗਿਆ ਸੀਗਾ ਅਤੇ ਉਸ ਵਿਰਾਗ ਤੋਂ ਉਹ ਫਿਰ ਇਕਾਂਤ ਦੇ ਵਿੱਚ ਹੈ ਨਾ ਉਹ ਨਿਕਲ ਗਏ ਸੀਗੇ। ਸੋ ਮਹਾਂਪੁਰਖ ਕਹਿੰਦੇ ਸੀਗੇ ਕਿ ਸਾਨੂੰ ਹੈ ਨਾ ਇੱਕ ਇਕਾਂਤ ਜਗ੍ਹਾ ਚਾਹੀਦੀ ਹੈ ਵੀ ਜਿੱਥੇ ਅਸੀਂ ਬੈਠ ਕੇ ਬੰਦਗੀ ਕਰ ਸਕੀਏ। ਪਰ ਕਿਉਂਕਿ ਉਸ ਟਾਈਮ ਦੇ ਪ੍ਰੇਮੀਆਂ ਨੇ ਕੁਛ ਜਿਹੜੀ ਸੀ ਉਹ ਸਰਵਾੜ ਜਾਂ ਹੋਰ ਕੱਖ ਕੂੜੇ ਜਿਹੜੇ ਸੀ ਉਹਨਾਂ ਦੇ ਪੂਲੇ ਬਣਾ ਕੇ ਰੱਖ ਲਏ ਸੀ ਕਿ ਮਹਾਂਪੁਰਖ ਨੂੰ ਇੱਥੇ ਕੁਟੀਆ ਬਣਾ ਕੇ ਦਿੱਤੀ ਜਾਵੇ। ਪਰ ਮਹਾਂਪੁਰਖ ਕਹਿੰਦੇ ਸੀ ਕਿ ਇਹ ਜਗ੍ਹਾ ਜਿਹੜੀ ਹੈ ਨਾ ਸਾਨੂੰ ਨਹੀਂ ਚਾਹੀਦੀ, ਸਾਨੂੰ ਇੱਕ ਐਸੀ ਜਗ੍ਹਾ ਚਾਹੀਦੀ ਜੋ ਬਿਲਕੁਲ ਇਕਾਂਤ ਹੋਵੇ। ਸੋ ਉੱਥੋਂ ਅੱਗੇ ਹੈ ਨਾ ਮਹਾਂਪੁਰਖਾਂ ਨੇ ਕੀ ਤੱਕਿਆ ਕਿ ਉੱਥੇ ਇੱਕ ਅੱਗੇ ਨਾ ਟੋਭਾ ਹੁੰਦਾ ਸੀਗਾ ਪਾਣੀ ਦਾ ਬੜਾ ਭਾਰਾ, ਉਸ ਟੋਭੇ 'ਤੇ ਜਿਹੜਾ ਇਸ਼ਨਾਨ ਕੋਈ ਕਰ ਲੈਂਦਾ ਸੀਗਾ ਹੈ ਨਾ, ਭਾਵ ਕੀ ਹੈ ਕਿ ਉਹਨੂੰ ਜਾਣੀ ਕਿ ਇਸ਼ਨਾਨ ਉਹਨੂੰ ਕਰਨਾ ਬੜਾ ਮਹਿੰਗਾ ਪੈ ਜਾਂਦਾ ਸੀਗਾ ਕਿਉਂਕਿ ਲੋਕ ਜਿਹੜੇ ਸੀ ਨਾ ਉਸ ਟੋਭੇ ਤੋਂ ਬੜਾ ਡਰਦੇ ਹੁੰਦੇ ਸੀ। ਪਰ ਸੰਤ ਬਾਬਾ ਹਰਨਾਮ ਸਿੰਘ ਹੁਣ ਜਦੋਂ ਟੋਭੇ 'ਤੇ ਬੈਠ ਕੇ ਬਹੁਤ ਜ਼ਿਆਦਾ ਬੰਦਗੀ ਕਰਦੇ ਹੁੰਦੇ ਸੀਗੇ, ਇਹਨਾਂ ਨੂੰ ਫਿਰ ਇਹ ਜਗ੍ਹਾ ਜਿਹੜੀ ਸੀ ਇਹ ਪਸੰਦ ਆਈ। ਜਦ ਪਸੰਦ ਆਈ ਹੈ ਨਾ ਇਹ ਜਗ੍ਹਾ, ਫਿਰ ਮਹਾਂਪੁਰਖਾਂ ਨੇ ਜਿਹੜਾ ਸੀ ਉਹ ਮਨ ਦੇ ਵਿੱਚ ਜਿਹੜਾ ਸੀ ਇਹ ਧਾਰਨ ਕੀਤਾ ਕਿ ਅਸੀਂ ਇਸੇ ਹੀ ਜਗ੍ਹਾ ਦੇ ਉੱਤੇ ਹੈ ਨਾ ਕੁਟੀਆ ਬਣਾ ਕੇ ਫਿਰ ਇੱਥੇ ਬੰਦਗੀ ਕਰਾਂਗੇ। ਫਿਰ ਦੇਖੋ ਜਿਵੇਂ ਮਹਾਂਪੁਰਖਾਂ ਦਾ ਆਪਣਾ ਮਨ ਦਾ ਜੋ ਬਚਨ ਸੀਗਾ ਉਹਨੂੰ ਫਿਰ ਉਸ ਟਾਈਮ ਦੇ ਪ੍ਰੇਮੀਆਂ ਨੇ ਮੰਨ ਲਿਆ, ਉਹਨਾਂ ਨੇ ਉਸ ਜਗ੍ਹਾ ਦੇ ਉੱਤੇ ਹੈ ਨਾ ਮਹਾਂਪੁਰਖਾਂ ਨੂੰ ਇੱਕ ਸੁੰਦਰ ਕੁਟੀਆ ਜਿਹੜੀ ਸੀ ਉਹ ਬਣਾਤੀ ਅਤੇ ਆਲੇ ਦੁਆਲੇ ਛੋਟੀ ਜਿਹੀ ਜਿਹੜੀ ਸੀਗੀ ਉਹ ਵਾੜ ਵੀ ਬਣਾਤੀ ਸੀ। ਇੱਥੇ ਹੀ ਟਿਕ ਕੇ ਹੈ ਨਾ ਫਿਰ ਸੰਤ ਬਾਬਾ ਹਰਨਾਮ ਸਿੰਘ ਹੁਣਾਂ ਨੇ ਫਿਰ ਬੜੀ ਭਾਰੀ ਜਿਹੜੀ ਸੀ ਉਹ ਬੰਦਗੀ ਕੀਤੀ ਆ। ਸੋ ਇੰਨੇ ਬਚਨ ਕਰਦਾ ਹੋਇਆ ਦਾਸ ਖਿਮਾ ਦਾ ਜਾਚਕ ਹੈ ਜੀ, ਉਹਨਾਂ ਦੀਆਂ ਆਉਣ ਵਾਲੀਆਂ ਜੋ ਦਰਸ਼ਨ ਹੈਗੇ ਆ ਸੰ ਮਹਾਂਪੁਰਖਾਂ ਦੇ, ਦਾਸ ਜਿਹੜਾ ਹੈਗਾ ਉਹ ਅਗਲੀਆਂ ਜਿੰਨੀਆਂ ਵੀ ਹੈਗੀਆਂ ਕਥਾਵਾਂ ਉਹ ਸਮੇਂ ਸਮੇਂ 'ਤੇ ਆਪ ਸੰਗਤਾਂ ਦੇ ਨਾਲ ਸਾਂਝੀਆਂ ਕਰਦਾ ਰਹੇਗਾ। ਸੋ ਇੰਨੇ ਬਚਨ ਕਰਦਾ ਹੋਇਆ ਦਾਸ ਖਿਮਾ ਦਾ ਜਾਚਕ ਹੈ ਜੀ, ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਕਰਨੀ ਜੀ, ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।